ਕਿ ਸਤਾਤੇ ਬਹਿਣ ਵੀ ਨਹੀਂ ਦੇਣਾ ਕੋਈ ਮਾਬਿਆ এবੀਪੀ ਸੰਜਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਰੋਹਿਤ ਪੱਕਾ ਇਸ ਵਕਤ ਦਿੱਲੀ ਹਾਈਵੇ ਤੇ ਅਸੀਂ ਜਾ ਰਹੇ ਹਾਂ ਸੰਗਰੂਰ ਤੋਂ ਦਿੱਲੀ ਜਾ ਰਹੇ ਹਾਂ ਔਰ ਭਗਵੰਤ ਮਾਨ ਦਾ ਕਾਫਲਾ ਵੀ ਇਸੇ ਰੂਟ ਦੇ ਜ਼ਰੀਏ ਨਰਵਾਣਾ ਜੀਨ ਦੇ ਰੂਟ ਦੇ ਜ਼ਰੀਏ ਦਿੱਲੀ ਜਾ ਰਿਹਾ ਅੱਜ ਭਗਵੰਤ ਮਾਨ ਦੁਪਹਿਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਨਾਲ ਤੋਂ ਉਹਨਾਂ ਦੇ ਘਰ ਵਿੱਚ ਹੀ ਹੋਏਗੀ ਖਾਸ ਗੱਲ ਇਹ ਹੈ ਕਿ 92 ਸੀਟਾਂ ਜਿੱਤਣ ਤੋਂ ਬਾਅਦ अरविंद केजरीवाल ਦੇ ਨਾਲ ਭਗਵੰਤ ਮਾਨ ਦੀ ਇਹ ਪਹਿਲੀ ਮੁਲਾਕਾਤ ਹੋएगी ਤਾਂ ਮੁੱਖ ਤੌਰ ਤੇ ਜਿਹੜਾ ਅਜੰਡਾ ਹੈਗਾ ਉਹ ਰਹਿਣ ਵਾਲਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਸਰਕਾਰ ਜਦੋਂ ਦਿੱਲੀ ਦੇ ਵਿੱਚ ਬਣਾਉਣ ਜਾ ਰਹੀ ਹੈ ਤਾਂ ਅਜੇ ਇਹ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਦੇ ਮੰਤਰੀ ਮੰਡਲ ਦੇ ਵਿੱਚ ਕਿਹੜੇ ਚਿਹਰੇ ਹੋਣਗੇ ਕਿਹੜੇ ਚਿਹਰੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਉਸ ਸੀ ਨੂੰ ਲੈ ਕੇ ਜਿਹੜੀ ਚਰਚਾ ਹੈਗੀ ਉਹ ਕੀਤੀ ਜਾਏਗੀ ਖਾਸ ਤੌਰ ਤੇ ਜ਼ਿਕਰ ਇਸ ਕਰਕੇ ਵੀ ਬੰਦ ਹੈ ਕਿਉਂਕਿ ਜੇਕਰ ਪਿਛਲੇ ਦਿਨਾਂ ਦੇ ਵਿੱਚ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਜਿਹੜੀ ਸਭ ਤੋਂ ਪਹਿਲੀ ਲਿਸਟ ਜਾਰੀ ਕੀਤੀ ਸੀ ਜਦੋਂ ਸਭ ਤੋਂ ਪਹਿਲੀ ਲਿਸਟ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਹੁੰਦੀ ਹੈ ਤਾਂ ਉਸ ਦੇ ਵਿੱਚ 10 ਐਮਐਲਏ ਦੇ ਨਾਮ ਸੀਗੇ ਕਿਉਂਕਿ ਬਾਕੀ ਜਿਹੜੇ ਐਮਐਲਏ ਜਾਤਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਸੀ ਜਾਂ ਕੁਝ ਐਮਐਲਏ ਦੀਆਂ ਟਿਕਟਾਂ ਜ ਕੱਟ ਦਿੱਤੀਆਂ ਗਈਆਂ ਸੀ ਜਿਸ ਤਰ੍ਹਾਂ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਸੀ ਰੋਪੜ ਤੋਂ ਅਮਰਜੀਤ ਸਿੰਘ ਸੰਧਵਾ ਦੀ ਟਿਕਟ ਕੱਟ ਦਿੱਤੀ ਗਈ ਸੀ ਦਾ 10 ਸਿਟਿੰਗ ਐਮਐਲਏ ਆ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ ਤਾਂ ਇੱਕ ਗੱਲ ਬਿਲਕੁਲ ਤੈਅ ਮੰਨੀ ਜਾ ਰਹੀ ਹੈ ਕਿ ਜਿਹੜੇ 10 ਦੇ 10 ਐਮਐਲਏ ਆ ਉਹ ਦੁਬਾਰਾ ਜਿੱਤ ਕੇ ਫੇਰ ਵਾਪਸ ਆ ਚੁੱਕਿਆ ਤਾਂ ਇੱਕ ਵਾਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਜ਼ਰੂਰ ਦਿੱਤੀ ਜਾਏਗੀ ਦੂਜੇ ਪਾਸੇ ਭਗਵੰਤ ਮਾਨ ਕਿਉਂਕਿ ਪਾਰਟੀ ਦੇ ਪ੍ਰਧਾਨ ਸੀ ਪਾਰਟੀ ਦੇ ਸੀਐਮ ਦੇ ਚਿਹਰੇ ਸੀ ਤਾਂ ਇੱਕ ਰੈਂਕ ਉਹਨਾਂ ਦਾ ਵੀ ਕੈਬਨਿਟ ਦੇ ਵਿੱਚ ਬਣ ਜਾਂਦਾ ਤਾਂ ਅਜੇਹੇ ਦੇ ਵਿੱਚ 11 ਚਿਹਰੇ ਅਜੇਹੇ ਹੈ ਜਿਹੜੇ ਕੈਬਨਿਟ ਦੇ ਵਿੱਚ ਲਗਭਗ ਤੈ ਨੇ ਬਲਕਿ ਉਹਨਾਂ ਦਾ ਡਿਪਾਰਟਮੈਂਟ ਫਾਈਨਲ ਕਰਨਾ ਬਾਕੀ ਹੈ ਪਰ ਉਸ ਤੋਂ ਇਲਾਵਾ ਕਿਉਂਕਿ ਪੰਜਾਬ ਦੀ ਜਦੋਂ ਕੈਬਨਿਟ ਦਾ ਜ਼ਿਕਰ ਹੁੰਦਾ ਤਾਂ 18 ਚਿਹਰਿਆਂ ਦੀ ਪੰਜਾਬ ਦੀ ਕੈਬਨਿਟ ਹੈ ਜਿਹੜੀ ਉਹ ਮੰਨੀ ਜਾਂਦੀ ਹੈ ਤਾਂ ਸੱਤ ਚਿਹਰੇ ਹਲੇ ਵੀ ਬਾਕੀ ਨੇ ਤਾਂ ਉਹ ਸੱਤ ਚਿਹਰੇ ਕਿਹੜੇ ਹੋਣਗੇ ਦੂਜੀ ਚੀਜ਼ ਇੱਕ ਹੋਰ ਫਾਰਮੂਲਾ ਇਸ ਦੇ ਵਿੱਚ ਅਪਣਾਇਆ ਜਾ ਸਕਦਾ ਜੇਕਰ ਮੌਜੂਦਾ ਐਮਐਲਏ ਜਿਹੜੇ ਇਸ ਸਮੇਂ ਵੀ ਐਮਐਲਏ ਹੋਰ ਦੁਬਾਰਾ ਜਿੱਤ ਕੇ ਵੀ ਆ ਗਏ ਜਿਸ ਦੇ ਵਿੱਚ ਜੇਕਰ ਤਮਾਮ ਐਮਐਲਏ ਉਹਨਾਂ ਦਾ ਗੱਲਣਾ ਜਿਹੜੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤਾਂ ਉਹਨਾਂ ਦੇ ਵਿੱਚੋਂ ਜੇਕਰ ਕਿਸੇ ਵਿਧਾਇਕ ਨੂੰ ਇਸ ਵਾਰ ਵਿਧਾਨ ਸਭਾ ਦਾ ਸਪੀਕਰ ਬਣਾ ਦਿੱਤਾ ਜਾਂਦਾ ਹੈ ਔਰ ਜਾਂ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾ ਦਿੱਤਾ ਜਾਂਦਾ ਤਾਂ ਅਜਿਹੇ ਦੇ ਵਿੱਚ ਕੈਬਨਟ ਦੀ ਇੱਕ ਹੋਰ ਕੁਰਸੀ ਹੈ ਜਿਹੜੀ ਖਾਲੀ ਹੋ ਜਾਏਗੀ ਤਾਂ ਅਜਿਹੇ ਦੇ ਵਿੱਚ 7 ਦੀ ਬਜਾਏ 8 ਰੈਂਕ ਜਾਂ 9 ਰੈਂਕ ਨੂੰ ਵੀ ਖਾਲੀ ਕੀਤਾ ਜਾ ਸਕਦਾ ਹੈ ਕਹਿੰਦਾ ਭਾਬਾ ਕਿ ਜਿਹੜੀ ਜੋੜ ਤੋੜ ਦੀ ਸਿਆਸਤ ਪਹਿਲਾਂ ਸਰਕਾਰਾਂ ਬਣਾਉਣ ਦੇ ਲਈ ਹੁੰਦੀ ਹੈ ਹੁਣ ਉਹੀ ਸਿਆਸਤ ਕਿਤੇ ਨਾ ਕਿਤੇ ਕੈਬਨਟ ਬਣਾਉਣ ਦੇ ਲਈ ਹੁਣ ਕੰਮ ਕਰੇਗੀ ਕਿਉਂਕਿ ਕੈਬਨਟ ਦਾ ਜ਼ਿਕਰ ਇਸ ਕਰਕੇ ਹੋ ਜਾਂਦਾ ਕਿਉਂਕਿ ਜਿਸ ਤਰ੍ਹਾਂ ਹੀ ਸੌਚ ਚੁੱਕ ਸਮਾਪਕ ਹੋਏਗਾ ਤਾਂ ਉਸ ਦੇ ਵਿੱਚ ਇਹ ਤੈਅ ਕੀਤਾ ਜਾਏਗਾ ਕਿ ਕਿੰਨੇ ਵਿਅਕਤੀਆਂ ਨੂੰ ਕੈਬਨਟ ਜਗਾ ਦਿੱਤੀ ਜਾਣੀ ਹੈ ਕਿੰਨੇ ਚਿਹਰਿਆਂ ਨੂੰ ਕੈਬਨਟ ਦੇ ਵਿੱਚ ਜਗਾ ਦਿੱਤੀ ਜਾਣੀ ਹੈ ਔਰ ਉਹ ਚਿਹਰੇ ਨਵੇਂ ਕਿਹੜੇ-ਕਿਹੜੇ ਹੋਣਗੇ ਨਵੇਂ ਚਿਹਰਿਆਂ ਦੇ ਵਿੱਚੋਂ ਖਾਸ ਤੌਰ ਤੇ ਜ਼ਿਕਰ ਜਗਰੂਪ ਸਿੰਘ ਗਿੱਲ ਦਾ ਹੋ ਜਾਂਦਾ ਕਿਉਂਕਿ ਬਠਿੰਡਾ ਸੀਟ ਅਜਿਹੀ ਸੀਟ ਹੈ ਕਿ ਬਠਿੰਡੇ ਤੋਂ ਜੋ ਵੀ ਜਿੱਤ ਕੇ ਗਿਆ ਅਕਸਰ ਉਸ ਨੂੰ ਕੈਬਨਟ ਦੇ ਵਿੱਚ ਜਗਾ ਮਿਲੀ ਹੀ ਮਿਲੀ ਹੈ ਚਾਹੇ 2002 ਦਾ ਤੁਸੀਂ ਜ਼ਿਕਰ ਕਰੋਗੇ ਤਾਂ ਉਸ ਸਮੇ ਸੁਰਿੰਦਰ ਸਿੰਘਲਾ ਜਿਹੜੇ ਪੰਜਾਬ ਦੇ ਫਾਈਨਾਂਸ ਮਨਿਸਟਰ ਬਣਦੇ ਨੇਗੇ ਉਹ ਉਸ ਸਮੇ ਬਠਿੰਡਾ ਤੋਂ ਜਾਂਦੇ ਨੇ ਉਸ ਤੋਂ ਬਾਅਦ 2012 ਦੇ ਵਿੱਚ ਸਰੂਪ ਚੰਦ ਸਿੰਘਲਾ ਜਿੱਤਦੇ ਨੇ ਤਾਂ ਉਹਨਾਂ ਨੂੰ ਜਿਹੜਾ ਰਾਜਦ ਮਾਂਜ ਮੰਤਰੀ ਜਿਹੜਾ ਇੱਕ ਕੈਬਨਿਟ ਮੰਤਰੀ ਦੇ ਅੰਡਰ ਇੱਕ ਮੰਤਰੀ ਲਾਇਆ ਜਾਂਦਾ ਹੈਗਾ ਉਸ ਦਾ ਅਹੁਦਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈਗਾ ਮਨਪ੍ਰੀਤ ਬਾਦਲ ਜਿੱਦੇ ਨੇ ਤਾਂ ਮਨਪ੍ਰੀਤ ਬਾਦਲ ਨੂੰ ਮੰਤਰੀ ਬਣਾਇਆ ਜਾਂਦਾ ਤਾਂ ਕੁਝ ਸੀਟਾਂ ਨੂੰ ਇਸ ਤਰੀਕੇ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦਾ ਮੰਤਰੀਬਨ ਨਾ ਤਾਇਆ ਤਾਂ ਉਹਨਾਂ ਦੇ ਵਿੱਚੋਂ ਜਗਰੂਪ ਸਿੰਘ ਗਿੱਲ ਦਾ ਨਾਮ ਮੁੱਖ ਤੌਰ ਤੇ ਆ ਰਿਹਾ ਦੂਜੇ ਪਾਸੇ ਜ਼ਿਕਰ ਇਸ ਕਰਕੇ ਵੀ ਖਾਸ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਮਾਝੇ ਔਰ ਦਵਾਬੇ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ 2017 ਦੇ ਇਲੈਕਸ਼ਨ ਦੇ ਵਿੱਚ ਦਵਾਬੇ ਦੇ ਵਿੱਚ ਜ਼ਰੂਰ ਪਾਰਟੀ ਨੇ ਇੱਕ ਸੀਟ ਜਿੱਤੀ ਪਰ ਮਾਝੇ ਦੇ ਵਿੱਚ ਪਾਰਟੀ ਬਿਲਕੁਲ ਜ਼ੀਰੋ ਤੇ ਸੀ ਤਾਂ ਜ ਤਕਿਆਈ ਨੇ ਕਿਉਂਕਿ ਹਰ ਇੱਕ ਖੇਤਰ ਨੂੰ ਜਿਹੜੀ ਨੁਮਾਇੰਦਗੀ ਆ ਉਹ ਦੇਣੀ ਪੈਂਦੀ ਹੈ ਤਾਂ ਹਰ ਇੱਕ ਖੇਤਰ ਨੂੰ ਜਿਹੜੀ ਨੁਮਾਇੰਦਗੀ ਉਹ ਪਾਰਟੀ ਆਪਣੇ ਨੈਤਿਕ ਤਦਾਰ ਤੇ ਜਿਹੜੀ ਨੁਮਾਇੰਦਗੀ ਉਹ ਜ਼ਰੂਰ ਦੇਗੀ ਪਿਛਲੀ ਵਾਰ ਜਿੰਨੇ ਵੀ ਵਿਧਾਇਕ ਜਿੱਤ ਕੇ ਆਏ ਸੀ ਸਾਰੇ ਦੇ ਸਾਰੇ ਵਿਧਾਇਕੀ ਮਾਲਵਾ ਕਿੱਤੇ ਦੇ ਸੀਗੇ ਦੁਆਬੇ ਕਿੱਤੇ ਤੋਂ ਕੇਵਲ ਇੱਕ ਵਿਧਾਇਕ ਜੈ ਸ਼ੰਕਰ ਰੋੜੀ ਜਿਹੜੇ ਗੜਸ਼ੰਕਰ ਤੋਂ ਜਿੱਤ ਕੇ ਆਉਂਦੇ ਨੇ ਉਹ ਕੇਵਲ ਇੱਕ ਵਿਧਾਇਕ ਸੀ ਜਿਹੜੇ ਦੁਆਬੇ ਖੇਤਰ ਤੋਂ ਜਿੱਤ ਕੇ ਆਉਂਦੇ ਨੇ ਉਸ ਤੋਂ ਇਲਾਵਾ ਮਾਝੇ ਏਰੀਆ ਦੇ ਵਿੱਚ ਪਾਰਟੀ ਬਿਲਕੁਲ ਜ਼ੀਰੋ ਸੀ ਪਰ ਇਸ ਵਾਰ ਮਾਝੇ ਦਾ ਜ਼ਿਕਰ ਕਰਿਆ ਜਾਵੇ ਤਾਂ ਮਾਝੇ ਦੇ ਵਿੱਚੋਂ ਵੀ ਤਾਂ ਅਜਿਹੇ ਦੇ ਵਿੱਚ ਮਾਝੇ ਦੇ ਵਿੱਚੋਂ ਵੀ ਕੁਝ ਚਰਚਿਤ ਚਿਹਰੇ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਤੇ ਨਾਮ ਆਉਂਦਾਗਾ ਕੁਵਰ ਵਿਜੇ ਪ੍ਰਤਾਪ ਦਾ ਸਾਬਕਾ ਆਫੀਸਰ ਕੁਵਰ ਵਿਜੇ ਪ੍ਰਤਾਪ ਰਜਾਇਨ ਦਿੰਦੇ ਨੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਔਰ ਅਰਵਿੰਦ ਕੇਜਰੀਵਾਲ ਖੁਦ ਦਿੱਲੀ ਤੋਂ ਚੱਲ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਾਉਣ ਦੇ ਲਈ ਅਮਰਸਰ ਪਹੁੰਚਦੇ ਨੇ ਅਮਰਸਰ ਆ ਕੇ ਪਾਰਟੀ ਉਹਨਾਂ ਨੂੰ ਜੁਆਇਨ ਕਰਾਉਂਦੇ ਨੇ ਅਨਿਲ ਜੋਸ਼ੀ ਦੇ ਖਿਲਾਫ ਲੜਦੇ ਨੇ ਔਰ ਜਿੱਤਦੇ ਨੇ ਤਾਂ ਇਸ ਜਿੱਤ ਤੋਂ ਬਾਅਦ ਉਹਨਾਂ ਦੀ ਵੀ ਦਾਵੇਦਾਰੀ ਮੰਤਰੀ ਮੰਡਲ ਦੇ ਵਿੱਚ ਜਿਹੜੀ ਇੱਕ ਤਰੀਕੇ ਦੇ ਨਾਲ ਕਾਇਮ ਹੋ ਗਈ ਇਸ ਤੋਂ ਇਲਾਵਾ ਜੀਵਨ ਜੋਤ ਕੌਰ ਜੀਵਨ ਜੋਤ ਕੌਰ ਦਾ ਨਾਮ ਇਸ ਕਰਕੇ ਵੀ ਖਾਸ ਹੈ ਕਿਉਂਕਿ ਵੱਡੇ ਚਿਹਰਿਆਂ ਨੂੰ ਹਰਾ ਕੇ ਆਏ ਨੇ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਔਰ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਦੋ ਵੱਡੇ ਚਿਹਰੇ ਜਦੋਂ ਵੀ ਚਰਚਾ ਚੱਲਦੀ ਸੀ ਤਾਂ ਚਰਚਾ ਚੱਲਦੀ ਸੀ ਕਿ ਕੌਣ ਜਿੱਤੂ ਆਕਸਰ ਲੋਕ ਚਾਹੇ ਤੁਸੀਂ ਪੱਤਰਕਾਰਾਂ ਨਾਲ ਗੱਲ ਕਰਦੇ ਸੀ ਚਾਹੇ ਆਮ ਲੋਕਾਂ ਨਾਲ ਗੱਲ ਕਰਦੇ ਸੀ ਕਿਸੇ ਦਾ ਸਵਾਲ ਇਹ ਨਹੀਂ ਹੁੰਦਾ ਸੀਗਾ ਕਿ ਕੌਣ ਜਿੱਤੂ ਸਵਾਲ ਹੁੰਦਾ ਸੀ ਕਿ ਮਜੀਠੀਆ ਜਿੱਤੂ ਜਾਂ ਸਿੱਧੂ ਜਿੱਤੂ ਤਾਂ ਅਕਸਰ ਸਵਾਲ ਉਹਨਾਂ ਦੋਨਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ ਪਰ ਇਹ ਕਿਸੇ ਨੇ ਕਦੇ ਨਹੀਂ ਸੋਚਿਆ ਉਹ ਨਾ ਕਿ ਜੀਵਨ ਜੋਤ ਕੌਰ ਵੀ ਉੱਥੋਂ ਜਿੱਤ ਸਕਦੀ ਹੈ ਦੋਨੋਂ ਚਿਹਰੇ ਹੀ ਹਾਰ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਹਾਲਾਂਕਿ ਜ਼ਰੂਰ ਕਹਿੰਦੇ ਸੀ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦਾ ਸਮਾਂ ਆ ਗਿਆ ਔਰ ਲੋਕਾਂ ਨੇ ਸ਼ਾਇਦ ਆਮ ਆਦਮੀ ਪ ਨਵੇਂ ਬਧਾਇਕ ਜਿੱਤ ਕੇ ਆਇਆ ਕਿਉਂਕਿ ਮਾਝੇ ਤੋਂ ਜੋ ਵੀ ਬੰਦੇ ਜਿੱਤ ਕੇ ਆ ਰਹੇ ਆ ਸਾਰੇ ਦੇ ਸਾਰੇ ਪਹਿਲੇ ਵਾਰ ਦੇ ਵਿਧਾਇਕ ਨੇ ਚਾਹੇ ਉਹ ਕਾਂਗਰਸ ਨੂੰ ਛੱਡ ਕੇ ਆਏ ਚਾਹੇ ਅਕਾਲੀ ਦਲ ਨੂੰ ਛੱਡ ਕੇ ਕਿਸੇ ਵੀ ਪਾਰਟੀ ਚ ਆਏ ਪਰ ਕੋਈ ਵੀ ਸਾਬਕਾ ਵਿਧਾਇਕ ਹੈ ਜਿਹੜਾ ਉਹ ਜਿੱਤ ਨਹੀਂ ਪਾਇਆ ਜਿਹੜਾ ਇਧਰ ਆ ਕੇ ਜਿੱਤੇ ਹੋ ਜਿਹਦੇ ਆਧਾਰ ਤੇ ਉਸ ਦੀ ਸਿਨਿਓਰਿਟੀ ਬਣਦੀ ਹੋਵੇ ਤਾਂ ਉਹਨਾਂ ਦੇ ਵਿੱਚ ਅਜਿਹੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਮਾਝੇ ਨੂੰ ਨੁਮਾਇੰਦਗੀ ਆ ਉਹ ਜ਼ਰੂਰ ਦਿੱਤੀ ਜਾਏਗੀ ਕੈਬਨਿਟ ਦੇ ਵਿੱਚ ਤਾਂ ਦੁਆਬੇ ਨੂੰ ਵੀ ਨੁਮਾਇੰਦਗੀ ਹੈ ਜਿਹੜੀ ਜ਼ਰੂਰ ਦਿੱਤੀ ਜਾਏਗੀ ਜਲੰਧਰ ਤੋਂ ਕੁਝ ਨਾਮ ਚਰਚਾ ਦੇ ਵਿੱਚ ਨੇ ਜਿਨ੍ਹਾਂ ਦੇ ਨਾਮ ਸਭ ਤੋਂ ਅੱਗੇ ਚੱਲ ਰਹੇ ਨੇ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਜ਼ਿਕਰ ਕੀਤਾ ਜਾਵੇ ਤਾਂ ਉਹ ਹੁਸ਼ ਸਭ ਦਾ ਕੈਬਨਟ ਮੰਤਰੀ ਨੂੰ ਹਰਾ ਕੇ ਆਇਆ ਉਹਨਾਂ ਦਾ ਨਾਮ ਵੀ ਚਰਚਾ ਚ ਚੱਲਦਾ ਹੈਗਾ ਯੂਥ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਯੂਥ ਦੇ ਵਿੱਚੋਂ ਅਨਮੋਲ ਗਗਨ ਮਾਨ ਜਿਹੜੇ ਯੂਥ ਦੇ ਕੋ ਪ੍ਰੈਜ਼ੀਡੈਂਟ ਵੀ ਨੇ ਮਹਿਲਾ ਵੀ ਨੇ ਉਹਨਾਂ ਦਾ ਵੀ ਨਾਮ ਕਿਤੇ ਨਾ ਕਿਤੇ ਕੈਬਨਟ ਦੀ ਲਿਸਟ ਦੇ ਵਿੱਚ ਅੱਗੇ ਆ ਸਕਦਾ ਹੈਗਾ ਦਾ ਜਿਹੜੇ तमाम ਚਿਹਰੇ ਆਨੰਦਪੁਰ ਸਾਹਿਬ ਤੋਂ ਐਮਐਲਏ ਜਿੱਤੇ ਨੇ ਉਹਨਾਂ ਦਾ ਨਾਮ ਕਿਉਂਕਿ ਲੰਮਾ ਸਮਾਂ ਹਰਜੋਤ ਬੈਂਸ ਸਰਜੋਤ ਬੈਂਸ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਤੱਕ ਦਾ ਜਿਹੜਾ ਕੰਮ ਹੈਗਾ ਉਹ ਕਰ ਚੁੱਕੇ ਨੇਗੇ ਲਗਾਤਾਰ ਪਾਰਟੀ ਦੇ ਨਾਲ ਪਿਛਲੇ ਜਦੋਂ ਤੋਂ ਪਾਰਟੀ ਬਣੀ ਹੋਈ ਹੈ ਉਸ ਸਮੇਂ ਤੋਂ ਲੈ ਕੇ ਪਾਰਟੀ ਦੇ ਨਾਲ ਲਗਾਤਾਰ ਜੁੜੇ ਹੋਏ ਨੇ ਤਾਂ ਹਰਜੋਤ ਬੈਂਸ ਦਾ ਨਾਮ ਵੀ ਕਿਤੇ ਨਾ ਕਿਤੇ ਕੈਬਨਿਟ ਦੀ ਚਰਚਾ ਦੇ ਵਿੱਚ ਆ ਤਾਂ ਅਜੇਹੇ ਦੇ ਵਿੱਚ ਜਿਹੜੀ ਖਾਸ ਚੀਜ਼ ਹੈਗੀ ਕਿ ਜਿਹੜੇ ਇਹ ਨਾਮ ਨੇ ਇਹਨਾਂ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਕਿ ਕਿਹੜੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਸ਼ਮੂਲੀਅਤ ਦਿੱਤੀ ਜਾਵੇ ਕਿ ਹਰ ਇੱਕ ਵਰਗ ਦਾ ਜ਼ਿਕਰ ਹੋਣਾ ਬੰਦ ਹੈ ਜਿਨ੍ਹਾਂ ਦੇ ਵਿੱਚੋਂ ਜਨਰਲ ਵਰਗ ਦੀ ਅਸੀਂ ਗੱਲ ਕਰ ਲਈ ਜਾਵੇ ਐਸਸੀ ਵਰਗ ਦੀ ਗੱਲ ਕਰ ਲਈ ਜਾਵੇ ਆ ਬੀਸੀ ਵਰਗ ਦੀ ਗੱਲ ਕਰ ਲਈ ਜਾਵੇ ਚਾਹੇ ਮਹਿਲਾਵਾਂ ਦੀ ਗੱਲ ਕਰ ਲਈ ਜਾਵੇ ਤਾਂ ਇਹ ਤਮਾਮ ਜਿਹੜੀਆਂ ਚੀਜ਼ਾਂ ਨੇ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਜਿਹੜਾ ਇਹ ਪੂਰਾ ਨਜ਼ਰੀਏਗਾ ਉਹ ਟਿਕਾ ਕੇ ਰੱਖਣਾ ਹੋਏਗਾ ਮਹਿਲਾਵਾਂ ਦਾ ਜ਼ਿਕਰ ਇਸ ਕਰਕੇ ਬਣ ਜਾਂਦਾ ਕਿਉਂਕਿ ਬਲਜਿੰਦਰ ਕੌਰ ਜਿਹੜੇ ਤਲਵੰਡੀ ਸਾਬੋ ਤੋਂ ਐਮਐਲਏ ਆ ਉਹਨਾਂ ਦਾ ਨਾਮ ਵੀ ਕੈਬਨਿਟ ਦੇ ਵਿੱਚ ਇੱਕ ਚੰਗੇ ਰੈਂਕ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਬਲਜਿੰਦਰ ਕੌਰ ਇੱਕ ਮਾਲਵਾ ਖਿੱਤੇ ਚੋਂ ਆਉਂਦੇ ਨੇ ਤਲਵੰਡੀ ਸਾਬੋ ਤੋਂ ਆਉਂਦੇ ਨੇ ਔਰ ਦੂਜੇ ਪਾਸੇ ਮਹਿਲਾ ਨੇ ਤਾਂ ਉਹਨਾਂ ਦਾ ਨਾਮ ਇਸ ਖਿੱਤੇ ਦੇ ਵਿੱਚ ਮੇਨ ਤੌਰ ਤੇ ਆਏਗਾ ਸਰਬਜੀਤ ਕੌਰ ਮਾਨੁਕੇ ਦਲਿਤ ਚਿਹਰੇ ਨੇ ਦੂਜੇ ਪਾਸੇ ਮਹਿਲਾ ਨੇ ਔਰ ਮਾਲਵਾ ਦਾ ਜਿਹੜਾ ਐਂਡਾਲ एरिया ਆਪਾਂ ਕਹਿੰਦੇ ਨੇ ਜਿਸ ਨੂੰ ਆਪਾਂ ਮਾਲਵਾ ਬਾਰਡਰ ਦਾ ਵੀ ਏਰੀਆ ਕਹਿ ਸਕਦੇ ਹਾਂ ਲੁਧਿਆਣਾ ਦਾ ਏਰੀਆ ਜਗਰਾਉਂ ਦਾ ਏਰੀਆ ਉਸ ਜਗ੍ਹਾ ਤੋਂ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਦਾ ਨਾਮ ਵੀ ਕੈਬਨਟ ਦੇ ਵਿੱਚ ਜ਼ਰੂਰ ਹੋਏਗਾ ਹਰਪਾਲ ਸਿੰਘ ਚੀਮਾ ਐਲੋਪੀ रह ਚੁੱਕੇ ਨੇ ਉਸ ਸਮੇਂ ਵੀ ਕੈਬਨਟ ਰੈਂਕ ਸੀ ਜਿਸ ਸਮੇਂ ਪਾਰਟੀ ਐ ਜਿਹੜੀ ਉਹ ਸਰਕਾਰ ਦੇ ਵਿੱਚ ਨਹੀਂ ਸੀ ਤਾਂ ਹਰਪਾਲ ਚੀਮੇ ਦੇ ਕੋਲੇ ਇੱਕ ਚੰਗਾ ਉਹਦੋਂ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਅਮਨ अरोड़ा ਸਭ ਤੋਂ ਵੱਡੀ ਲੀਡ ਦੇ ਨਾਲ 75281 ਵੋਟਾਂ ਦੇ ਲਗਭਗ ਦਾ ਦਾ ਫਾਸਲਾ ਹੈ ਜਿਸ ਫਾਸਲੇ ਦੇ ਨਾਲ ਅਮਨ ਅਰੋੜਾ ਜਿੱਤੇ ਨੇ ਤਾਂ ਅਮਨ ਅਰੋੜਾ ਕੋਲੇ ਵੀ ਤੁਹਾਨੂੰ ਇੱਕ ਚੰਗਾ ਆਉਦਾ ਦੇਖਣ ਨੂੰ ਜਰੂਰ ਮਿਲੇਗਾ ਦੂਜੇ ਪਾਸੇ ਕੁਲਵੰਤ ਸਿੰਘ ਸੰਧੂ ਮੋਹਾਲੀ ਤੋਂ ਜਿੱਤ ਕੇ ਆਉਂਦੇ ਨੇ ਤਾਂ ਕੁਲਵੰਤ ਸਿੰਘ ਸੰਧੂ ਕੋਲੇ ਵੀ ਤੁਹਾਨੂੰ ਇੱਕ ਚੰਗਾ ਉਹਦਾ ਕਿਉਂਕਿ ਇੱਕ ਅੱਛੇ ਮਾਰਜ ਨਾਲ ਜਿੱਤ ਕੇ ਆਉਂਦੇ ਨੇ ਪ੍ਰਾਪਰਟੀ ਦੇ ਨਾਲ ਕਰਦੇ ਨੇ ਪਾਰਟੀ ਦੇ ਨਾਲ ਜਿਹੜੇ ਪਿਛਲੇ ਇਲੈਕਸ਼ਨ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂਗੇ ਬੇਸ਼ੱਕ ਪਹਿਲਾਂ ਅਕਾਲੀ ਦਲ ਨਾਲ ਰਹੇ ਆਜ਼ਾਦ ਤੌਰ ਤੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਇਲੈਕਸ਼ਨ ਦੇ ਜਿਹੜਾ ਲੜਨ ਦਾ ਐਲਾਨ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਸ਼ਮੂਲੀਅਤ ਕਰਦੇ ਨੇ ਜਿੱਦਦੇ ਨੇ ਔਰ ਤੁਹਾਡੇ ਯਾਦ ਹੋਏਗਾ ਕਿ ਗੱਟ ਜੋੜ ਕੀਤਾ ਗਿਆ ਸੀ ਜਦੋਂ ਮੋਹਾਲੀ ਨਗਰ ਨਿਗਮ ਦੇ ਇਲੈਕਸ਼ਨ ਹੋਣੇ ਸੀ ਤਾਂ ਕੁਲਵੰਤ ਸਿੰਘ ਸੰਧੂ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਇੱਕ ਕੈਬਨਿਟ ਦੇ ਚਿਹਰਿਆਂ ਦੇ ਵਿੱਚ ਜਿਨ੍ਹਾਂ ਦਾ ਨਾਮ ਚਰਚਾ ਦੇ ਵਿੱਚ ਆਉਂਦਾ ਤਾਂ ਤਮਾਮ ਇਹਨਾਂ ਚਿਹਰਿਆਂ ਨੂੰ ਲੈ ਕੇ ਜਿਹੜੀ ਚਰਚਾ ਹੈਗੀ ਉਹ ਕੀਤੀ ਜਾਏਗੀ ਕਿ ਕਿੰਨੇ ਮੰਤਰੀਆਂ ਨੂੰ ਸੌ ਚੁੱਕ ਸਮਾਗਮ ਦੇ ਵਿੱਚ ਸੌਂਚ ਕੋਈ ਜਾਏਗੀ ਕਿ ਪਹਿਲੀ ਵਾਰੀ ਜਿਹੜੀ ਪੂਰੀ ਕੈਬਨਿਟ ਦਾ ਗਠਨ ਕਰ ਲਿਆ ਜਾਵੇਗਾ ਜਾਂ ਹਾਲੇ ਇੰਤਜ਼ਾਰ ਕਰਨਾ ਪਏਗਾ ਸ਼ੁਰੂਆਤੀ ਦੌਰ ਦੇ ਵਿੱਚ ਕੇਵਲ 10 ਜਿਹੜੇ ਪੁਰਾਣੇ ਐਮਐਲਏ ਉਹਨਾਂ ਨੂੰ ਇੱਕ ਵਾਰੀ ਆਪਾਂ ਮੰਤਰੀ ਬਣਾ ਕੇ ਉਹਨਾਂ ਦੇ ਨਾਲ ਕੰਮ ਚਲਾਇਆ ਜਾਵੇ ਔਰ ਉਸ ਤੋਂ ਬਾਅਦ ਜਿਹੜੀ ਕੈਬਨਿਟ ਦਾ ਵਿਸਤਾਰ ਹੈਗਾ ਉਹ ਕੀਤਾ ਜਾਵੇ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਜਿਹੜੀ ਚਰਚਾ ਹੈਗੀ ਉਹ ਹੁੰਦੀ ਹੋਈ ਤੁਹਾਨੂੰ ਨਜ਼ਰ ਆਏਗੀ ਦਾ ਤਮਾਮ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਜੋੜ ਤੋੜ ਹੈ ਕਿ ਕਿਹੜੇ ਏਰੀਏ ਨੂੰ ਸ਼ਮੂਲੀਅਤ ਦੇਣੀ ਹੈ ਕਿਹੜੇ ਵਰਗ ਨੂੰ ਸ਼ਮੂਲੀਅਤ ਦੇਣਾ ਔਰ ਇਸ ਵਾਰ ਇੱਕ ਚੀਜ਼ ਤੁਹਾਨੂੰ ਹੋਰ ਖਾਸ ਮਿਲੇਗੀ ਬੀਸੀ ਵਰਗ ਦੇ ਜਿਹੜੇ ਨਮਾਇੰਦੇ ਆ ਉਹਨਾਂ ਦਾ ਲਗਾਤਾਰ ਇੱਕ ਚੀਜ਼ ਦਾ ਇਤਰਾਜ਼ ਰਹੇਗਾ ਕਿ ਕਾਂਗਰਸ ਦੀ ਜਦੋਂ ਸਰਕਾਰ ਸੀ ਤਾਂ ਸਾਨੂੰ ਜਿਹੜੀ ਨਮਾਇੰਦਗੀ ਆ ਉਹ ਨਹੀਂ ਦਿੱਤੀਗੀ ਕਿ ਬੀਸੀ ਮੰਤਰੀ ਨਹੀਂ ਸੀਗਾ ਪਰ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਦੀ ਹੈ ਤਾਂ ਸੰਗਤ ਸਿੰਘ ਗਿਲ ਜੀਆਂ ਜ਼ਰੂਰ ਕੈਬਨਟ ਮੰਤਰੀ ਬਣੇ ਹਾਲਾਂਕਿ ਸੁਰਜੀਤ ਸਿੰਘ ਧਮਾਨ ਦਾ ਨਾਮ ਵੀ ਉਸ ਲਿਸਟ ਦੇ ਵਿੱਚ ਚਰਚਾ ਦੇ ਵਿੱਚ ਸੀ ਪਰ ਸੁਰਜੀਤ ਸਿੰਘ ਧਮਾਨ ਨੂੰ ਉਸ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਬਲਕਿ ਉਸ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੰਗਤ ਸਿੰਘ ਗਿਲ ਜੀਆਂ ਨੂੰ ਤਾਂ ਇਸ ਵਾਰ ਦਾ ਜੇਕਰ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਸ ਵਾਰ ਦਾ ਜ਼ਿਕਰ ਇਸ ਕਰਕੇ ਖਾਸ ਹੋ ਜਾਂਦਾ ਕਿਉਂਕਿ ਜੈਕਿਸ਼ਨ ਰੋੜੀ ਜੈਕਿਸ਼ਨ ਰੋੜੀ ਗੜ ਸ਼ੰਕਰ ਤੋਂ ਆਉਂਦੇ ਨੇ ਦਵਾਬਾ ਏਰੀਆ ਤੋਂ ਆਉਂਦੇ ਨੇ ਔਰ ਬੀਸੀ ਵਰਗ ਦੇ ਨਾਲ ਸੰਬੰਧਤ ਨੇ ਬੈਕਵਰਡ ਕਲਾਸ ਦੇ ਨਾਲ ਸੰਬੰਧਤ ਨੇ ਤਾਂ ਉਹਨਾਂ ਦੀ ਦਾਵੇਦਾਰੀ ਵੀ ਸਟਰੋਂਗ ਹੋ ਜਾਂਦੀ ਹੈ ਦੂਜੀ ਵਾਰ ਦੇ ਵਿਧਾਇਕ ਹੋਣਗੇ ਦਵਾਬਾ ਏਰੀਆ ਤੋਂ ਆਉਣਗੇ ਔਰ ਵੀਸੀ ਵਰਗ ਦੇ ਨਾਲ ਸੰਬੰਧਤ ਹੋਣਗੇ ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ਤੋਂ ਜਿੱਤ ਕੇ ਆਉਂਦੇ ਨੇ ਕੁਲਤਾਰ ਸਿੰਘ ਸੰਧਵਾ ਦਾ ਜ਼ਿਕਰ ਇਸ ਕਰਕੇ ਬੰਦਾ ਕਿਉਂਕਿ ਗਿਆਨੀ ਜੈਲ ਸਿੰਘ ਦੀ ਫੈਮਲੀ ਚੋਂ ਇਹ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਉਹਨਾਂ ਦੀ ਫੈਮਲੀ ਦੇ ਵਿੱਚੋਂ ਨੇ ਉਹਨਾਂ ਦੇ ਪੋਤੇ ਨੇ ਦੂਜੀ ਵਾਰ ਜਿੱਤ ਕੇ ਆ ਰਹੇ ਨੇ ਤਾਂ ਕੁਲਤਾਰ ਸਿੰਘ ਸੰਧਵਾ ਦੇ ਲਈ ਵੀ ਜਿਹੜਾ ਨਾਮ ਉਹ ਫਾਈਨਲ ਹੋਏਗਾ ਹਾਲਾਂਕਿ ਇਹ ਕਿਆਸਰਾਈਆਂ ਨੇ ਹਲੇ ਤੱਕ ਇਹਨਾਂ ਨੂੰ ਫਾਈਨਲ ਨਹੀਂ ਮੰਨਿਆ ਜਾ ਸਕਦਾ ਪਰ ਹੁਣ ਤੱਕ ਜਿਹੜੀ ਜਾਣਕਾਰੀ ਹੈ ਕਿਆਸਰਾਈਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਗਿਆਨੀ ਜੈਲ ਸਿੰਘ ਦੇ ਪੁੱਤੇ ਕੁਲਤਾਰ ਸਿੰਘ ਸੰਧਵਾ ਨੂੰ ਪੰਚਾਇਤੀ ਡਿਪਾਰਟਮੈਂਟ ਮਿਲ ਸਕਦਾ ਹੈ ਕਿਉਂਕਿ ਪਿੰਡਾਂ ਦੇ ਨਾਲ ਜੁੜੇ ਹੋਏ ਨੇ ਪਿੰਡਾਂ ਦੇ ਨਾਲ ਉਹਨਾਂ ਦਾ ਬਾ ਵਾਸਤਾ ਔਰ ਪਿੰਡੂ ਏਰੀਆ ਦੇ ਵਿੱਚ ਆਉਂਦੇ ਨੇ ਸੰਧਵਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਉਹ ਜਗ੍ਹਾ ਤੋਂ ਹੁੰਦਾ ਪੰਚਾਇਤੀ ਡਿਪਾਰਟਮੈਂਟ ਹੈ ਜਿਹੜਾ ਉਹ ਕੁਲਤਾਰ ਸਿੰਘ ਸੰਧਵਾ ਨੂੰ ਦਿੱਤਾ ਜਾ ਸਕਦਾ ਹੈ ਜਿਹੜਾ ਹੁਣ ਤੱਕ ਦੀਆਂ ਕਿਆਸਰਾਈਆਂ ਨੇ ਦੂਜੇ ਪਾਸੇ ਜ਼ਿਕਰ ਕਰਿਆ ਜਾਵੇ ਅਮਨ अरोड़ा ਦਾ ਅਮਨ अरोड़ा ਦਾ ਜ਼ਿਕਰ ਇਸ ਕਰਕੇ ਖਾਸ ਹੋ ਜਾਂਦਾ ਹੈ ਹਿੰਦੂ ਕਮਿਊਨਿਟੀ ਦੇ ਨਾਲ ਸੰਬੰਧਤ ਨੇ ਸੁਨਾਮ ਤੋਂ ਜਿੱਤ ਕੇ ਆਉਂਦੇ ਨੇ ਭਗਵੰਤ ਮਾਨ ਦੀ ਜਿਹੜੀ ਲੋਕ ਸਭਾ ਕੰਸਟਿਟੂਐਂਸੀ ਸੀ ਉਸ ਦੇ ਵਿੱਚ ਹੀ ਇਹ ਸੁਨਾਮ ਦਾ ਏਰੀ ਤਾਂ ਅਮਨ ਅਰੋੜਾ ਕੋਲੇ ਕਿਹੜਾ ਡਿਪਾਰਟਮੈਂਟ ਹੋ ਸਕਦਾ ਤੁਹਾਨੂੰ ਦੱਸ ਦਿਆਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਤਾਂ ਗੱਲ ਚੱਲ ਰਹੀ ਸੀ ਪੰਜਾਬ ਕੈਬਨਿਟ ਨੂੰ ਲੈ ਕੇ ਮੀਟਿੰਗ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਔਰ ਪਰਪੰਤ ਮਾਨ ਦੀ ਮੁਲਾਕਾਤ ਨੂੰ ਲੈ ਕੇ ਤਾਂ ਅੱਜ ਦੋਨੇ ਚਿਹਰੇ ਮੁਲਾਕਾਤ ਕਰਨ ਜਾ ਰਹੇ ਨੇ ਕੈਬਨਿਟ ਦੀ ਰੂਪਰੇਖਾ ਫਾਈਨਲ ਕੀਤੀ ਜਾਏਗੀ ਸੋਚਕ ਸਮਾਗਮ ਕਦੋਂ ਹੋਏਗਾ ਉਹ ਫਾਈਨਲ ਕੀਤਾ ਜਾਏਗਾ ਔਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਜਾਏਗੀ ਤਾਂ ਅੱਜ ਜ਼ਿਕਰ ਕਰ ਰਹੇ ਸੀ ਕੈਬਨਿਟ ਦਾ ਕਿਸ ਤਰ੍ਹਾਂ ਦਾ ਜਿਹੜਾ ਸਟਰਕਚਰ ਹੈ ਕੈਬਨਿਟ ਦਾ ਜਿਹੜਾ ਰੂਪ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਤਾਂ ਉਸ ਦੇ ਰੂਪ ਦੇ ਵਿੱਚ ਜਿਹੜੇ 10 ਪਿਛਲੇ ਵਿਧਾਇਕ ਨੇ ਉਹ ਉਸ ਦੇ ਵਿੱਚ ਫਿੱਟ ਕਿਸ ਤਰ੍ਹਾਂ ਆ ਰਹੇ ਨੇ ਔਰ ਕਿਸ ਤਰ੍ਹਾਂ ਜਿਹੜੀ ਵਿਧਾਇਕਾਂ ਦੀ ਜਗ੍ਹਾ ਖਾਲੀ ਕਰਵਾਈ ਜਾ ਸਕਦੀ ਹੈ ਤਾਂ ਉਸ ਜੀ ਨੂੰ ਲੈ ਕੇ ਜ਼ ਸੰਧਵਾ ਦਾ ਜ਼ਿਕਰ ਕੀਤਾ ਕੁਲਤਾਰ ਸਿੰਘ ਸੰਧਵਾ ਤੋਂ ਬਾਅਦ ਹੁਣ ਜ਼ਿਕਰ ਕਰ ਰਹੇ ਸੀਗੇ ਅਮਨ ਅਰੋੜਾ ਦਾ ਸਨਾਮ ਤੋਂ ਜਿੱਤ ਕੇ ਆਉਂਦੇ ਨੇ ਪੁਰਾਣੇ ਫੈਮਿਲੀ ਨੇ ਭਗਵਾਨ ਦਾਸ ਅਰੋੜਾ ਦੇ ਪੁੱਤਰ ਨੇ ਭਗਵਾਨ ਦਾਸ ਅਰੋੜਾ ਵੀ ਪੰਜਾਬ ਦੇ ਵਿੱਚ ਜਿਹੜੇ ਐਮ ਐਲ ਏ ਰਹਿ ਚੁੱਕੇ ਨੇ ਉਹਨਾਂ ਦੇ بیٹے ਨੇ ਤਾਂ ਉਹ ਵੀ ਜਿੱਤ ਕੇ ਦੂਜੀ ਵਾਰ ਜਿੱਤ ਕੇ ਆ ਰਹੇ ਨੇ ਅਮਨ ਅਰੋੜਾ ਔਰ ਸਭ ਤੋਂ ਪੰਜਾਬ ਦੇ ਵਿੱਚ ਵੱਡੀ ਲੀਡ 75000 ਵੋਟਾਂ ਦੀ ਲੀਡ ਦੇ ਨਾਲ ਜਿੱਤ ਕੇ ਆ ਰਹੇ ਨੇ ਤਾਂ ਅਮਨ ਅਰੋੜਾ ਦਾ ਨਾਮ ਵੀ ਲਗਭਗ ਕੈਬਨਿਟ ਦੇ ਵਿੱਚ ਫਾਈਨਲ ਔਰ ਫਾਈਨੈਂਸ ਡਿਪਾਰਟਮੈਂਟ ਸਭ ਤੋਂ ਮੇਨ ਡਿਪਾਰਟਮੈਂਟ ਫਾਈਨੈਂਸ ਡਿਪਾਰਟਮੈਂਟ ਅਮਨ ਅਰੋੜਾ ਨੂੰ ਦਿੱਤਾ ਜਾ ਸਕਦਾ ਹੈ ਤਾਂ ਅਮਨ ਅਰੋੜਾ ਨੂੰ ਫਾਈਨੈਂ ਕਲਵੰਤ ਸਿੰਘ ਦਾ ਸੀ ਜ਼ਿਕਰ ਕਰ ਰਹੇ ਸੀ ਕਲਵੰਤ ਸਿੰਘ ਦੇ ਕੋਲ ਮਹਾਲੀ ਤੋਂ ਜਿਤਕੇ ਆਉਂਦੇ ਨੇ ਰੀਅਲ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਕੈਬਨਿਟ ਨੂੰ ਲੈ ਕੇ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਤਾਂ ਉਹਨਾਂ ਨੂੰ ਕੈਬਨਟ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਲੋਕਲ ਬਾਡੀ ਮਨਿਸਟਰ ਦਾ ਜਿਹੜਾ ਜ਼ਿਕਰ ਚੱਲ ਰਿਹਾ ਕਿ ਸ਼ਾਇਦ ਉਹਨਾਂ ਨੂੰ ਲੋਕਲ ਬਾਡੀ ਡਿਪਾਰਟਮੈਂਟ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਮੀਤ ਹੈ ਅਰਯੁੱਧ ਦੇ ਪ੍ਰੈਜ਼ੀਡੈਂਟ ਨੇ ਤਾਂ ਉਹਨਾਂ ਨੂੰ ਕੋਈ ਯੁੱਧ ਦੇ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਰੋਜ਼ਗਾਰ ਦੇ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਜਿਹੜਾ ਡਾਇਰੈਕਟਰ ਰੋਜ਼ਗਾਰ ਦੇ ਨਾਲ ਚੀਜ਼ ਜੁੜੀ ਹੋਈ ਆ ਉਸ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਤਾਂ ਕੁਝ ਇਸ ਤਰ੍ਹਾਂ ਦੀਆਂ ਹਾਲੇ ਤੱਕ ਕਿਆਸਰਾਈਆਂ ਇਹਨਾਂ ਚੀਜ਼ਾਂ ਨੂੰ ਤੁਸੀਂ ਫਾਈਨਲ ਨਹੀਂ ਕਹਿ ਸਕਦੇ ਕਿ ਜਿਹੜਾ ਇਹ ਅਸੀਂ ਚੀਜ਼ਾਂ ਕਹਿ ਰਹੇ ਹਾਂ ਇਹੀ ਫਾਈਨਲ ਹੋਏਗਾ ਦੇ ਨਾਲ ਪਾਰਟੀ ਦੇ ਲੀਡਰਾਂ ਦੇ ਨਾਲ ਗੱਲਾਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਤਾਂ ਜਿਹੜੇ ਇਹ ਚਿਹਰੇ ਨੇਗੇ ਇਹਨਾਂ ਚਿਹਰਿਆਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾਏਗੀ ਤਾਂ ਖਾਸ ਤੌਰ ਤੇ ਪੁਰਾਣੇ ਜਿਹੜੇ 10 ਐਮਐਲਏ ਆ ਉਹ 10 ਦੇ 10 ਐਮਐਲਏ ਪੰਜਾਬ ਦੀ ਕੈਬਨਿਟ ਦੇ ਵਿੱਚ ਹੋਣਗੇ ਹੋਣਗੇ ਪਰ ਦੂਜੇ ਪਾਸੇ ਦੋ ਜਗ੍ਹਾ ਖਾਲੀ ਕੀਤੀਆਂ ਜਾ ਸਕਦੀਆਂ ਜੇਕਰ ਪਿਛਲੇ ਐਮਐਲਏ ਦੇ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਵਿਧਾਨ ਸਭਾ ਦਾ ਸਪੀਕਰ ਬਣਾ ਦਿੱਤਾ ਜਾਵੇ ਜਾਂ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾ ਦਿੱਤਾ ਜਾਵੇ ਕਿਉਂਕਿ ਵਿਧਾਨ ਸਭਾ ਦੇ ਸਪੀਕਰ ਔਰ ਡਿਪਟੀ ਸਪੀਕਰ ਦੋਨੇ ਜਿਹੇ ਚਿਹਰੇ ਨੇ ਜਿਨ੍ਹਾਂ ਦੇ ਕੋਲੇ ਕੈਬਨਿਟ ਦਾ ਰੈਂਕ ਹੁੰਦਾ ਹੈਗਾ ਤਾਂ ਇੱਕ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਵੀ ਜਿਹੜੀ ਐਡਜਸਟਮੈਂਟ ਹੈ ਉਹ ਕੀਤੀ ਜਾ ਸਕਦੀ ਹੈ ਨਵੇਂ ਚਿਹਰਿਆਂ ਦੇ ਵਿੱਚੋਂ ਖਾਸ ਤੌਰ ਤੇ ਜਿਹੜੇ ਨਰਿੰਦਰ ਕੌਰ ਭਰਾਜ ਹੈ ਜਿਹੜੇ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਨੂੰ ਹਰਾ ਕੇ ਆਏ ਆ ਉਹਨਾਂ ਦਾ ਨਾਮ ਵੀ ਕੈਬਨਿਟ ਦੇ ਵਿੱਚ ਚਰਚਾ ਚਾਹ ਕਿਉਂਕਿ ਮਹਿਲਾ ਵੀ ਨੇ ਯੁੱਧ ਦੇ ਨਾਲ ਜੁੜੇ ਹੋਏ ਨੇ ਔਰ ਭਗਵੰਤਮਾਨ ਦੇ ਨੀਡਲੇ ਸੂਤਰ ਮੰਨੇ ਜਾਂਦੇ ਨੇ ਕਿਉਂਕਿ ਵੰਤਮਾਨ ਜਦੋਂ 2014 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜਦੇ ਨੇ ਤਾਂ ਨਰਿੰਦਰ ਕੌਰ ਭਰਾਜ ਇੱਕ ਮਹਿਲਾ ਦੇ ਤੌਰ ਤੇ ਪੋਲਿੰਗ ਬੂਥ ਤੇ ਬੈਠੇ ਪੋਲਿੰਗ ਏਜੰਟ ਦੇ ਤੌਰ ਤੇ ਬੈਠੇ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਪੋਲਿੰਗ ਏਜੰਟ ਤੁਹਾਨੂੰ ਜਿਹੜੇ ਪੁਰਸ਼ ਦਿਖਾਈ ਦਿੰਦੇ ਨੇ ਮਹਿਲਾਵਾਂ ਹਾਲਾਂਕਿ ਇਸ ਵਾਰ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਸੁਨੀਲ ਜਾਖੜ ਦੇ ਜਿਹੜੇ ਭਤੀਜੇ ਨੇ ਸੰਦੀਪ ਜਾਖੜ ਉਹਨਾਂ ਨੇ ਆਪਣੇ ਪੋਲਿੰਗ ਬੂਥ ਤੇ ਕਾਫੀ ਜ਼ਿਆਦਾ ਮਹਿਲਾਵਾਂ ਨੂੰ ਜਿਹੜੀ ਜਗ੍ਹਾ ਦਿੱਤੀ ਹੈਗੀ ਤਾਂ ਬਹੁਤ ਸਾਰੀ ਜਗ੍ਹਾ ਤੇ ਮਹਿਲਾਵਾਂ ਨੂੰ ਜਗ੍ਹਾ ਜ਼ਰੂਰ ਦਿੱਤੀ ਗਈ ਹੈ ਤਾਂ ਨਰਿੰਦਰ ਕੌਰ ਭਰਾਜ ਨੇ ਬੂਥ ਤੋਂ ਲੈ ਕੇ ਐਮਐ ਤਾਂ ਜਿਹੜੇ ਇਹ ਚਿਹਰੇ ਨੇ ਇਹ ਜਿਹੜੇ ਚਿਹਰੇ ਨੇ ਚਰਚਿਤ ਚਿਹਰੇ ਨੇ ਇਹ ਚਿਹਰੇ ਉਹ ਚਿਹਰੇ ਨੇ ਜਿਹੜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੈਬਨਿਟ ਮੰਤਰੀ ਬਣੇ ਦਿਖਾਈ ਦੇਣਗੇ ਤਾਂ ਅੱਜ ਦੀ ਮੁਲਾਕਾਤ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੀ ਹੋਈਗੀ ਔਰ ਖਾਸ ਤੌਰ ਤੇ ਜ਼ਿਕਰ ਜਿਹੜਾ ਕੀਤਾ ਜਾਂਦਾ ਹੈ ਕਿ ਕਿਹੜੇ ਚਿਹਰੇ ਆ ਜਿਨ੍ਹਾਂ ਨੂੰ ਹੋਰ ਜਿਹੜੇ ਬਹੁਤ ਸਾਰੇ ਅਹੁਦੇ ਹੁੰਦੇ ਆ ਬਹੁਤ ਸਾਰੀਆਂ ਬੋਰਡ ਦੀਆਂ ਚੇਅਰਮੈਨੀਆਂ ਹੁੰਦੀਆਂ ਆ ਗਿਆ ਉਹਨਾਂ ਨੂੰ ਲੈ ਕੇ ਜਿਹੜੀ ਚਰਚਾ ਹੈਗੀ ਕੀਤੀ ਜਾ ਸਕਦੀ ਹੈ ਕਿ ਬੋਰਡ ਦੀਆਂ ਚੇਅਰਮੈਨੀਆਂ ਤੋਂ ਇਲਾਵਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਸਭਾ ਦੇ ਵਿੱਚ ਵੀ ਇਲੈਕਸ਼ਨ ਹੋਣ ਵਾਲੇ ਨੇ ਰਾਜ ਸਭਾ ਸੀਟਾਂ ਦੇ ਇਲੈਕਸ਼ਨ ਜਿਹੜੇ 31 ਮਾਰਚ ਨੂੰ ਹੋਣ ਜਾ ਰਹੇ ਨੇ ਤਾਂ ਪੰਜ ਸੀਟਾਂ ਤੇ ਉਮੀਦਵਾਰ ਕੌਣ ਹੋਣਗੇ ਜੇ ਇੱਕ ਮੋਟਾ ਜਿਹਾ ਅੰਦਾਜ਼ਾ ਲਗਾਇਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਖਾਤੇ ਚਾਰ ਰਾਜ ਸਭਾ ਦੇ ਐਮਪੀ ਸਿੱਧੇ ਸਿੱਧੇ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਚਾਰ ਕਿਹੜੇ ਉਹ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਰਾਸ ਸਭਾ ਦੇ ਲਈ ਜਗ੍ਹਾ ਦਿੱਤੀ ਜਾ ਸਕਦੀ ਹੈ ਔਰ ਕਿਹੋ ਚਿਹਰੇ ਪੰਜਾਬ ਤੋਂ ਲਈ ਜਾਣਗੇ ਕਿਹੋ ਚਿਹਰੇ ਬਾਹਰ ਤੋਂ ਲਈ ਜਾਣਗੇ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਹੇਗਾ ਕਿਉਂਕਿ ਅਕਸਰ ਪਾਰਟੀ ਰਾਸ ਸਭਾ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਕੁਝ ਵੀ ਰੀਅਡਜਸਟ ਕਰ ਦਿੰਦੀ ਹੈ ਜਿਹੜੇ ਪਾਰਟੀ ਪ੍ਰਤੀ ਕਿਸੇ ਹੋਰ ਸਟੇਟ ਤੋਂ ਕੰਮ ਕਰ ਰਹੇ ਨੇ ਤਾਂ ਉਹਨਾਂ ਕਰ ਪੰਜਾਬ ਤੋਂ ਕੀਤਾ ਜਾਵੇ ਤਾਂ ਦੋ ਚਿਹਰੇ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹੈ ਨੀਲ ਗਰਗ ਨੀਲ ਗਰਗ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਨੇ ਬਠਿੰਡਾ ਤੋਂ ਇਲੈਕਸ਼ਨ ਲੜਨ ਦੇ ਉਹਨਾਂ ਦੇ ਚਰਚੇ ਸੀ ਹਾਲਾਂਕਿ ਬਠਿੰਡਾ ਤੋਂ ਪ੍ਰਧਾਨਵੀ ਨੇ ਉਹਨਾਂ ਨੇ ਆਪਣੀ ਸੀਟ ਛੱਡੀ ਨੀਲ ਗਰਗ ਤੋਂ ਬਾਅਦ ਜਗਤਾਰ ਸਿੰਘ ਸੰਘੇੜਾ ਜਗਤਾਰ ਸਿੰਘ ਸੰਘੇੜਾ ਦਾ ਨਾਮ ਵੀ ਇਸ ਕਰਕੇ ਚਰਚਾ ਚ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਕੰਮ ਕਰਦੇ ਆ ਰਹੇ ਨੇ ਤਾਂ ਇਹ ਦੋ ਚਿਹਰੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਨੁਮਾਇੰਦ ਜਿਨ੍ਹਾਂ ਦਾ ਜਦੋਂ ਜੋੜ ਤੋੜ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਨੀਲਗਰਗ Hindu community ਦੇ ਵਿੱਚ ਆਉਂਦੇ ਨੇ ਅਗਰਵਾਲ ਸਮਾਜ ਦੇ ਵਿੱਚ ਆਉਂਦੇ ਨੇ ਤਾਂ ਜਿਹੜੀ ਮੰਤਰੀ ਮੰਡਲ ਤੋਂ ਵਿੱਚ ਵੀ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਕਿੰਨੇ Hindu ਚਿਹਰੇ ਹੋਣਗੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਕਿਹੜੀ ਕਿਹੜੀ ਕਾਸਟ ਦੇ ਨਾਲ ਸੰਬੰਧਿਤ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਕਾਸਟ ਤੋਂ ਬਾਅਦ ਸਬ ਕਾਸਟ ਦਾ ਵੀ ਜਿਹੜਾ ਇੱਕ ਚਰਚਿਤ ਚੀਜ਼ਾਂ ਰਹਿੰਦੀਆਂ ਨੇ ਤਾਂ ਵਿਜੇ ਸਿੰਘਲਾ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ 63000 ਦੇ ਨਾਲ ਹਰਾਇਆ ਅਗਰਵਾਲ ਸਮਾਜ ਚੋਂ ਆਉਂਦੇ ਨੇ ਤਾਂ ਉਹਨਾਂ ਦੇ ਵੀ ਦਾਵੇਦਾਰੀ ਇਸ ਚੀਜ਼ ਦੇ ਨਾਲ ਸਟਰੋਂਗ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ 2017 ਦਾ ਜੇਕਰ ਕਾਂਗਰਸ ਦਾ ਵੀ ਤੁਸੀਂ ਸਟਰਕਚਰ ਦੇਖੋਗੇ ਤਾਂ ਵਿਜੇਂਦਰ ਸਿੰਘਲਾ ਦਾ ਨਾਮ ਚਰਚਾ 'ਚ ਤੁਹਾਨੂੰ ਆਉਂਦਾ ਹੋਵੇਗਾ ਤਾਂ ਤੁਹਾਨੂੰ ਜਰੂਰ ਇਹ ਗੱਲ ਲੱਗਦੀ ਹੋਏਗੀ ਕਿ ਕੇਵਲ ਇੱਕ ਵਾਰ ਦਾ ਐਮਐਲਏ ਕਿਸ ਤਰ੍ਹਾਂ ਸਿੱਧਾ ਮੰਤਰੀ ਮੰਡਲ 'ਚ ਚਲਾ ਜਾਂਦਾ ਕਿਉਂਕਿ ਕਾਂਗਰਸ ਦਾ ਜੇ ਤੁਸੀਂ ਐਮਐਲਏ ਦੀ ਲਿਸਟ ਦੇਖੋਗੇ ਤਾਂ ਤੁਹਾਨੂੰ ਉਸ ਦੇ ਵਿੱਚ ਹਿੰਦੂ ਔਰ ਅਗਰਵਾਲ ਸਮਾਜ ਦੇ ਲੋਕ ਜ਼ਿਆਦਾ ਨਜ਼ਰ ਨਹੀਂ ਆ ਰਹੇ ਸੀ ਤਾਂ ਉਹਨਾਂ ਦੇ ਵਿੱਚੋਂ ਕੇਵਲ ਇੱਕ ਚਿਹਰਾ ਹੀ ਸੀ ਵਿਜੇਂਦਰ ਸਿੰਘਲਾ ਇਸੇ ਕਰਕੇ ਉਹਨਾਂ ਨੂੰ ਨੁਮਾਇੰਦਗੀ ਦਿੱ ਤਾਂ ਮੁਸਲਮ ਸਮਾਜ ਤੋਂ ਆਉਂਦੇ ਨੇ ਉਹਨਾਂ ਦਾ ਵੀ ਇੱਕ ਸੀਟ ਇਸ ਦੇ ਲਈ ਪੱਕੀ ਮੰਨੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਹੀ ਜਿਹੜਾ ਮਲੇਰਕੋਟਲੇ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਮਲੇਰਕੋਟਲੇ ਤੋਂ ਵੀ ਜਿਹੜੇ ਉਮੀਦਵਾਰ ਜਿੱਤੇ ਨੇ ਉਹ ਵੀ ਮੁਸਲਮ ਕਮਿਊਨਿਟੀ ਦੇ ਨਾਲ ਸੰਬੰਧਤ ਨੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਅਹੁਦਾ ਜ਼ਰੂਰ ਦਿੱਤਾ ਜਾਏਗਾ ਤਾਂ ਪੂਰੀ ਜਿਹੜੀ ਕੈਬਨਿਟ ਹੈ ਉਸ ਦੇ ਵਿੱਚ ਜਿਹੜੀ ਕਹਿ ਲਈਆ ਹਾਲਾਂਕਿ ਇਹ ਚੀਜ਼ਾਂ ਕਹਿਣੀਆਂ ਗਲਤ ਹੁੰਦੀਆਂ ਇਹ ਚੀਜ਼ਾਂ ਕਹਿਣੀਆਂ ਤੁਹਾਨੂੰ ਵੀ ਸਹੀ ਨਹੀਂ ਲੱਗਣਗੀਆਂ ਪਰ ਹਰ ਕੈਬਨਿਟ ਦੇ ਵਿੱਚ ਜਾਤ ਧਰਮ ਔਰ ਏਰੀਆ ਇਹ ਤਿੰਨ ਚੀਜ਼ਾਂ ਜ਼ਰੂਰ ਦੇਖੀਆਂ ਜਾਂਦੀਆਂ ਤੁਸੀਂ ਕਿਸੇ ਕੈਬਨਿਟ ਨੂੰ ਦੇਖਾਂਗੇ ਦੂਜੇ ਪਾਸੇ ਜ਼ਿਕਰ ਕੱਲ ਦਾ ਕਰ ਲਿਆ ਜਾਵੇ ਕੱਲ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਜ਼ਿਕਰ ਇਸ ਕਰਕੇ ਵੀ ਖਾਸ ਹੋ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ ਰਿਕਾਰਡ ਸਥਾਪਿਤ ਕਰ ਦਿੱਤਾ ਹੈਗਾ 56 ਸਾਲ ਬਾਅਦ 56 ਸਾਲਾਂ ਦੇ ਵਿੱਚ ਪਹਿਲੀ ਵਾਰ 1966 ਦੇ ਵਿੱਚ ਕਿਉਂਕਿ ਨਵਾਂ ਪੰਜਾਬ ਦਾ ਗਠਨ ਹੁੰਦਾ ਹੈ ਨਵੇਂ ਪੰਜਾਬ ਦਾ ਗਠਨ ਹੁੰਦਾ ਹੈ ਹਰਿਆਣਾ ਅਲੱਗ ਹੋ ਜਾਂਦਾ ਹੈ ਹਿਮਾਚਲ ਅਲੱਗ ਚੰਡੀਗੜ੍ਹ ਅਲੱਗ ਤਾਂ ਜਦੋਂ 1966 ਦਾ ਜ਼ਿਕਰ ਹੁੰਦਾ ਹੈ 1966 ਤੋਂ ਬਾਅਦ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਹੜੀ ਇੰਨੀਆਂ ਜ਼ਿਆਦਾ ਸੀਟਾਂ ਜਿੱਤ ਕੇ ਬਿਨਾਂ ਕਿਸੇ ਦੇ ਗੱਠਜੋੜ ਤੋਂ ਸਭ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸਾਹਮਣੇ ਆਈ ਹੈ 92 ਦਾ ਰਿਕਾਰਡ ਆਮ ਆਦਮੀ ਪਾਰਟੀ ਨੇ ਸੈੱਟ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਦੇ ਰਿਕਾਰਡ ਦੀ ਜ਼ਿਕਰ ਅਸੀਂ ਚਰਚਾ ਕਰੀਏ ਤਾਂ ਇਸ ਤੋਂ ਪਹਿਲਾਂ ਦਾ ਰਿਕਾਰਡ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਜ਼ਰੂਰ ਲਿਆ ਜਾਂਦਾ ਹੈ 93 ਸੀਟਾਂ 93 ਸੀਟਾਂ ਤੁਸੀਂ ਸੋਚ ਰਹੇ ਹੋਗੇ ਕਿ ਉਹਨਾਂ ਦੀਆਂ 93 ਆਮ ਆਦਮੀ ਪਾਰਟੀ ਦੀਆਂ 92 ਤਾਂ ਫਰਕ ਕੀ ਹੈ ਤੁਹਾਨੂੰ ਫਰਕ ਵੀ ਦੱਸ ਦਿੰਨੇ ਆ ਜਦੋਂ 1997 ਦੇ ਵਿੱਚ ਇਲੈਕਸ਼ਨ ਹੁੰਦੇ ਆ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਹੀ ਨਹੀਂ ਸੀ ਪਰ ਉਸ ਸਮੇਂ ਅਕਾਲੀ ਦਲ ਔਰ ਭਾਜਪਾ ਦੋਨਾਂ ਦਾ ਗਠਜੰਬੰਦਨ ਹੁੰਦਾ ਸੀ ਔਰ ਅਕਾਲੀ ਦਲ ਦੇ ਹਿੱਸੇ 75 ਸੀਟਾਂ ਔਰ ਭਾਜਪਾ ਦੇ ਕੋਲੇ 18 ਸੀਟਾਂ ਸੀ ਤਾਂ ਦੋਨਾਂ ਦੀਆਂ ਸੀਟਾਂ ਮਿਲਾ ਕੇ 75+18 ਦਾ ਜਿਹੜਾ ਡਾਟਾ ਹੈਗਾ ਉਸ ਨੂੰ ਮਿਲਾਉਣ ਤੋਂ ਬਾਅਦ ਜਿਹੜਾ ਇਹ ਡਾਟਾ ਆਉਂਦਾ ਸੀਗਾ ਤਾਂ ਉਸ ਤਰੀਕੇ ਦੇ ਨਾਲ ਗਠਜੋੜ ਦੇ ਨਾਲ 93 ਸੀਟਾਂ ਬੰਦੀਆਂ ਸੀ ਹਾਲਾਂਕਿ ਅਕਾਲੀ ਦਲ ਦੇ ਕੋਲੇ ਸਾਰੀਆਂ ਸੀਟਾਂ ਨਹੀਂ ਸੀ ਪਰ ਦੂਜੇ ਪਾਸੇ ਜਦੋਂ 1992 ਦੇ ਇਲੈਕਸ਼ਨ ਦਾ ਜ਼ਿਕਰ ਕਰਦੇ ਹਾਂ 1992 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹਾਲਾਂਕਿ ਉਸ ਸਮੇ ਅਕਾਲੀ ਦਲ ਨੇ ਕਿਉਂਕਿ ਅਤਵਾਦ ਦਾ ਦੌਰ ਕਿਹਾ ਜਾਂਦਾ ਹੈਗਾ ਕਾਲਾ ਦੌਰ ਉਸ ਨੂੰ ਕਿਹਾ ਜਾਂਦਾ ਹੈਗਾ ਉਸ ਸਮੇ ਅਕਾਲੀ ਦਲ ਨੇ ਬਾਇਕਾਟ ਕੀਤਾ ਹੋਇਆ ਸੀ ਤਾਂ ਅਜਿਹੇ ਦੇ ਵਿੱਚ ਕਾਂਗਰਸ ਪਾਰਟੀ 83 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣੀ ਸੀ ਪਿਛਲੀ ਵਾਰ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ 2017 ਦਾ ਤਾਂ 2017 ਦੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ 77 ਸੀਟਾਂ ਜਿੱਤੀਆਂ ਤਾਂ 77 ਸੀਟਾਂ ਜਿੱਤ ਕੇ ਇੱਕ ਤਰੀਕੇ ਦੇ ਨਾਲ ਉਹ ਵੀ ਪਾਰਟੀ ਹੈ ਜਿਹੜੀ ਇੱਕ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਸੀ ਤਾਂ ਜਿਹੜੀਆਂ ਇਹ ਜਿੱਤਾਂ ਦੇ ਜਿਹੜੀਆਂ ਇਹ ਜਿੱਤਾਂ ਦਾ ਸੀ ਜ਼ਿਕਰ ਕਰਦੇ ਆਂਗੇ ਇਹ ਜਿੱਤਾਂ ਇਸ ਕਰਕੇ ਵੀ ਖਾਸ ਹੋ ਜਾਂਦੀਆਂ ਨੇ ਕਿਉਂਕਿ ਇੰਨਾਂ ਹੀ ਜਿੱਤਾਂ ਦੇ ਆਧਾਰ ਤੇ ਜਿਹੜੀਆਂ ਅਗਲੀਆਂ ਪਾਰਟੀਆਂ ਅਗਲੀਆਂ ਪੀੜੀਆਂ ਉਹਨਾਂ ਨੂੰ ਸੇਧ ਮਿਲਦੀ ਹੈ ਤਾਂ ਇੱਕ ਵੱਡੀ ਪਾਰਟੀ ਬਣ ਕੇ ਆਮ ਆਦਮੀ ਪਾਰਟੀ ਤਾਂ ਉੱਭਰੀ ਹੀ ਤਾਂ ਉੱਭਰੀ ਹੈ ਪਰ ਦੂਜੇ ਪਾਸੇ ਬਹੁਤ ਸਾਰੇ ਨਵੇਂ ਰਿਕਾਰਡ ਵੀ ਆਮ ਆਦਮੀ ਪਾਰਟੀ ਨੇ ਸਥਾਪਿਤ ਕੀਤੇ ਨੇ ਉਹ ਨੇ ਇਕੱਲਿਆਂ ਇਲੈਕਸ਼ਨ ਲੜ ਕੇ ਬਿਨਾਂ ਕਿਸੇ ਦੇ ਸਹਿਯੋਗ ਤੋਂ 92 ਦਾ ਟਾਰਗੇਟ ਸੈੱਟ ਕਰਨਾ ਤਾਂ ਫਿਲਹਾਲ এবੀਪੀ ਸੰਜੇ ਦੀ ਟੀਮ ਦਿੱਲੀ ਵੱਲ ਨੂੰ ਕੂਚ ਕਰ ਰਹੀ ਹੈ ਦਿੱਲੀ ਦੇ ਵਿੱਚ ਜਿੱਦਾਂ ਹੀ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਖਤਮ ਹੋਏਗੀ ਤਾਂ ਭਗਵੰਤ ਮਾਨ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਔਰ ਕੀ ਕੁਝ ਫਾਈਨਲ ਹੋ ਪਾਇਆ ਤਦ ਤੱਕ ਦੇ ਲਈ ਦੇਖਦੇ ਰਹੋ ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਦੇ ਲਈ এবੀਪੀ ਸਾਂਝਾ